ਕਥਾ ਜੀ ਸੁਣਾ ਰਹੇ ਸੀ ਕਹਿੰਦੇ ਮੈਂ ਗੱਲ ਕਹਿ ਬੈਠਾ ਵੀ ਮੱਕਾ ਨਹੀਂ ਫਿਰਿਆ ਦਿਮਾਗ ਫਿਰੇ ਮੱਕੇ ਦੇ ਲੋਕਾਂ ਦੇ ਕਹਿੰਦੇ ਮੇਰੇ ਜਿਹੜੇ ਵਿਦਿਆ ਗੁਰੂ ਸੀ ਬਾਬਾ ਬਲਵੰਤ ਸਿੰਘ ਜੀ ਕਹਿੰਦੇ ਓਏ ਮੂਰਖਾ ਇਹ ਕੀ ਕਹਿ ਰਹੇ ਆਖੋ ਸਤਨਾਮ ਵਾਹਿਗੁਰੂ ਫਿਰ ਮੈਨੂੰ ਕਹਿੰਦੇ ਲੈ ਕੇ ਗਏ ਗੋਰਖਪੁਰ ਦੇ ਨੇੜੇ ਜਗ੍ਹਾ ਆਇਆ ਜਿੱਥੇ ਬਾਬਾ ਨਾਮਦੇਵ ਜੀ ਨੇ ਮੰਦਰ ਘੁਮਾ ਦਿੱਤਾ ਕਿਹਾ ਦੇਖੋ ਤੂੰ ਮਤ ਨਾਲ ਕਥਾ ਕਰਦਾ ਆਖੋ ਸਤਨਾਮ ਵਾਹਿਗੁਰੂ ਇਹਨਾਂ ਨੂੰ ਕਲਯੁਗ ਦੇ ਬੰਦੇ ਨੂੰ ਭਰੋਸਾ ਹੀ ਨਹੀਂ ਅਸਲ ਵਿੱਚ ਵੀ ਸਾਡਾ ਸਤਿਗੁਰ ਏਡਾ ਸਮਰੱਥ ਆ ਆਖੋ ਸਤਨਾਮ ਵਾਹਿਗੁਰੂ ਸਮਰੱਥ ਸਤਿਗੁਰ ਸਿਰ ਹੱਥ ਧਰਿਓ ਉਹ ਜੀਵਨ ਕਾਜੀ ਇਹ ਇੱਕ ਤਾਜਦੀਨ ਹੋਇਆ 2 ਸਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਿਹਾ ਉਹਨਾਂ ਦਿਨਾਂ ਵਿੱਚ ਉਹਨਾਂ ਨੇ ਅਸਲੀਅਤ ਲਿਖੀ ਸਾਰੀ ਬੜੀ ਲੰਬਾ ਲਿਖਿਆ ਤੁਸੀਂ ਕਦੇ ਪੜ੍ਹ ਸਕਦੇ ਹੋ ਪਰ ਸਮਾਂ ਹੈ ਨਹੀਂ ਗੁਰੂ ਦੇ ਬਚਨ ਪੜ੍ਹਨ ਦਾ ਗੁਰੂ ਦੇ ਬਚਨ ਸੁਣਨ ਦਾ ਇਹਦੇ ਕੋਲ ਸਮਾਂ ਹੈ ਨਹੀਂ ਇੱਥੇ ਭਾਈ ਸਾਹਿਬ ਕਹਿੰਦੇ ਹਿੰਦੂ ਮੁਸਲਮਾਨ ਦੋਏ ਅਸੀਂ ਹੁੰਦੇ ਤਾਂ ਨਾਲ ਤੀਜਾ ਨੰਬਰ ਸਾਡਾ ਵੀ ਹੋਣਾ ਸੀ ਪਰ ਜੇ ਅੱਜ ਗੱਲ ਹੁੰਦੀ ਤਾਂ ਅਸੀਂ ਵੀ ਨਾਲ ਹੀ ਹਾਂ ਹਿੰਦੂ ਮੁਸਲਮਾਨ ਦੋਏ ਦਰਗਹਿ ਅੰਦਰ ਲਹਿਣ ਤੋਈ ਕੀ ਹੋਣਾ ਜੀ ਰੱਬ ਦੀਆਂ ਨਜ਼ਰਾਂ ਵਿੱਚ ਨੇਕ ਅਮਲ ਅਤੇ ਆਚਰਣ ਪ੍ਰਵਾਨ ਹੈ ਆਖੋ ਸਤਨਾਮ ਫਿਰ ਬੇਨਤੀ ਸੁਣਨੀ ਉਸ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਨੇਕ ਅਮਲ ਜੀਵਨ ਦੇ ਅਤੇ ਆਚਰਣ ਉਹ ਸੁੱਚ ਹੋਵੇ ਤਾਂ ਸੱਚ ਪਾਈਏ ਪਾਤਸ਼ਾਹ ਕਹਿੰਦੇ ਅੰਦਰ ਅੰਦਰ ਝੂਠਾ ਆਇਆ ਅਤੇ ਬਾਬਾ ਕਬੀਰ ਸਾਹਿਬ ਨੂੰ ਇੱਕ ਵਾਰੀ ਕਹਿਣ ਲੱਗੇ ਪਾਂਡੇ ਕਹਿੰਦੇ ਜੀ ਤੁਸੀਂ ਆ ਕੰਮ ਕਰਦੇ ਕਰਦੇ ਵਿੱਚ ਰੋਟੀ ਖਾਂਦੇ ਹੋ ਸੁੱਚਮ ਤੁਹਾਡੇ ਵਿੱਚ ਹੈ ਨਹੀਂ ਅਤੇ ਬਾਬਾ ਜੀ ਕਹਿੰਦੇ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲੱਗ ਗਏ ਆਖੋ ਸਤਨਾਮ ਇੱਦਾਂ ਤਾਂ ਨਹੀਂ ਜੇ ਇੱਦਾਂ ਕਹਿ ਦੀਏ ਗੁੱਸਾ ਨਾ ਕਰੇ ਵੀ ਆ ਝੂਠੀ ਹੈ ਸਾਰੀ ਬੈਠੀ ਆਖੋ ਸਤਨਾਮ ਮਾਤਾ ਝੂਠੀ ਪਿਤਾ ਵੀ ਝੂਠਾ ਝੂਠੇ ਹੀ ਫਲ ਲੱਗ ਗਏ ਅਸਲ 'ਚ ਝੂਠੇ ਵਰਤਨ ਵਿੱਚ ਨਾ ਤਾਂ ਤੁਸੀਂ ਖਾਂਦੇ ਹੋ ਨਾ ਕੋਈ ਸਿਆਣਾ ਬੰਦਾ ਖਵਾਉਂਦਾ ਹੀ ਹੁੰਦਾ ਇੱਕ ਨਾਲ ਨਹੀਂ ਝੂਠਾ ਕਾਮ ਦਾ ਝੂਠਾ ਕ੍ਰੋਧ ਦਾ ਝੂਠਾ ਲੋਭ ਦਾ ਝੂਠਾ ਮੋਹ ਦਾ ਝੂਠਾ ਹੰਕਾਰ ਦਾ ਝੂਠਾ ਆਸ਼ਾ ਤ੍ਰਿਸ਼ਨਾ ਦੇ ਝੂਠੇ ਬੈਠੇ ਹੋਏ ਨੇ ਸਤਿਗੁਰ ਕਹਿੰਦੇ ਭਾਂਡਾ ਧੋਏ ਵੈਸ ਧੂਪ ਦੇਵੋ ਆ ਜਿਸ ਭਾਂਡੇ 'ਚ ਪਰਮੇਸ਼ਰ ਨੂੰ ਬਿਠਾਉਣਾ ਉਹਦੇ 'ਚ ਘੜਾ ਸ਼ਰਾਬ ਦਾ ਪਾਉਣਾ ਫਿਰ ਆ ਜਾਓ ਰੱਬ ਬਹਿ ਜਾਊ ਦੱਸ ਤੇ ਸਹੀ ਸੰਗ ਨਹੀਂ ਆਉਂਦੀ ਇਸ ਨੂੰ ਇਹ ਕਹਿੰਦਾ ਵੀ ਇਹ ਤਾਂ ਪਾਣੀ ਆ ਗੁੜ ਦਾ ਆਖੋ ਸਤਨਾਮ ਵਾਹਿਗੁਰੂ ਕੀ ਕਹਿੰਦੇ ਨੇ ਪਾਤਸ਼ਾਹ ਵਾਰ ਵਾਰ ਸਮਝਾਉਂਦੀ ਬਾਣੀ ਜਿੱਤ ਪੀਤੇ ਮਤ ਵਿਸਰੈ ਬਦਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਆ ਦੇਖ ਤੂੰ ਬਾਹਰ ਆ ਜਾ ਜਿਸ ਤੋਂ ਸਤਿਗੁਰ ਰੋਕਦੇ ਨੇ ਤੂੰ ਰੁਕ ਜਾ ਤੈਨੂੰ ਨਰਕ ਭੇਜਣ ਦੀ ਲੋੜ ਨਹੀਂ ਤੂੰ ਰਹਿੰਦਾ ਹੀ ਨਰਕਾਂ 'ਚ ਆ ਨਿਵਾਜਾਂ ਪ੍ਰਵਾਨ ਨਹੀਂ ਹੁੰਦੀਆਂ ਆਖੋ ਸਤਨਾਮ ਵਾਹਿਗੁਰੂ ਪਰਉਪਕਾਰ ਦੀ ਦੁਨੀਆ ਵਿੱਚ ਤੇਰੇ ਹਿਰਦੇ ਵਿੱਚ ਦਇਆ ਹੋ ਗਈ ਮੇਰੇ ਪਾਤਸ਼ਾਹ ਜੀ ਜਦ ਐਮਨਾਬਾਦ ਦੀ ਧਰਤੀ 'ਚ ਗਏ ਭਾਈ ਲਾਲੋ ਜੀ ਉੱਥੇ ਰਹਿੰਦੇ ਸੀ ਦਰਵਾਜ਼ਾ ਖਟਖਟਾਇਆ ਜਦੋਂ ਦਰਵਾਜ਼ਾ ਖਟਖਟਾਇਆ ਭਾਈ ਸਾਹਿਬ ਕਹਿਣ ਲੱਗੇ ਅੰਦਰ ਕੌਣ ਆ ਬਾਹਰ ਕੌਣ ਆ ਸਤਿਗੁਰ ਕਹਿਣ ਲੱਗੇ ਤੂੰ ਜਾਣਦਾ ਹੈ ਤੂੰ ਦਰਵਾਜ਼ਾ ਖੋਲ ਜੇ ਉਹੀ ਦੁਆਰ ਖੋਲੇ ਨੇ ਕਹਿੰਦੇ ਤੁਸੀਂ ਕੌਣ ਹੋ ਪਾਤਸ਼ਾਹ ਕਹਿੰਦੇ ਤੈਨੂੰ ਪਤਾ ਹੈ ਮੈਂ ਕੌਣ ਹਾਂ ਕਹਿੰਦੇ ਆਪ ਜੀ ਨਾਨਕ ਨਿਰੰਕਾਰੀ ਹੋ ਆਖੋ ਸਤਨਾਮ ਵਾਹਿਗੁਰੂ
ਕਹਿੰਦੇ ਭਾਈ ਤੇਰੀ ਅੱਖ ਨੂੰ ਧੋਖਾ ਨਹੀਂ ਖਾਂਦਾ ਪਾਪ ਕੀ ਜੰਝ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵੇਲਾ ਲੋ ਮੈਂ ਸਲਾਹ ਕਰਨ ਆਇਆ ਤੇਰੇ ਨਾਲ ਭਾਈ ਆ ਦੇਖ ਆ ਲੁੱਟਦਾ ਫਿਰਦਾ ਸਾਰੇ ਇਨਾਮਾਤ ਨੂੰ ਲੁੱਟ ਕੇ ਅੱਗ ਲਗਾ ਦਿੱਤੀ ਬਾਬਰ ਨੇ ਜਦ ਅੱਗ ਲਗਾ ਦਿੱਤੀ ਇੱਕ ਗੁਰਮੁਖ ਸੱਜਣ ਅੱਗ ਬੁਝਾ ਰਿਹਾ ਸੀ ਮਸ਼ਕ ਦੇ ਨਾਲ ਇਹ ਬਾਬਰ ਨੇ ਕਿਹਾ ਮੂਰਖ ਬੰਦੇ ਨੂੰ ਸੱਦੋ ਉਹ ਕਹਿੰਦਾ ਤੂੰ ਮੈਨੂੰ ਮੂਰਖ ਲੱਗਦਾ ਕਿਉਂ ਕਹਿੰਦੇ ਰਾਜੇ ਨੂੰ ਕਿਉਂ ਕਹਿੰਦੇ ਸਾਰੇ ਅਹਿਮਦਾਬਾਦ ਨੂੰ ਅੱਗ ਲੱਗੀ ਹੋਈ ਹੈ ਅਤੇ ਤੇਰੀ ਇੱਕ 20 ਸੇਰ ਪਾਣੀ ਦੀ ਮਸ਼ਕ ਦੇ ਨਾਲ ਅੱਗ ਬੁੱਝ ਕਹਿੰਦੇ ਮੈਨੂੰ ਵੀ ਪਤਾ ਇਹ ਮੈਨੂੰ ਵੀ ਪਤਾ ਹੈ ਬੁੱਝਣੀ ਨਹੀਂ ਰਾਜਨ ਪਰ ਸਵਾਲ ਆਪਣੀ ਆਪਣੀ ਡਿਊਟੀ ਦਾ ਤੇਰੀ ਡਿਊਟੀ ਅੱਗ ਲਾਉਣ ਵਾਲਿਆਂ ਵਾਲੇ ਪਾਸੇ ਆ ਮੇਰੀ ਡਿਊਟੀ ਅੱਗ ਬੁਝਾਉਣ ਵਾਲਿਆਂ ਪਾਸੇ ਆ ਜੇ ਕਿਤੇ ਸਾਨੂੰ ਵੀ ਕਿਤੇ ਮਿਲ ਜੇ ਨਾ ਵਕਤ ਅੱਗ ਲਾਉਣ ਵਾਲਿਆਂ ਪਾਸੇ ਨਾ ਹੋਣਾ ਬੁਝਾਉਣ ਵਾਲੇ ਪਾਸੇ ਹੋਣਾ ਆਖੋ ਸਤਨਾਮ ਵਾਹਿਗੁਰੂ ਕਿਸੇ ਨੂੰ ਸੁੱਖ ਦੇ ਦੇਣਾ ਸੁੱਖ ਦੀਜੇ ਸੁੱਖ ਬਹੁਤ ਹੈ ਦੁੱਖ ਦੀਜੇ ਦੁੱਖ ਹੋਏ ਆਖੋ ਸਤਨਾਮ ਵਾਹਿਗੁਰੂ ਤੇ ਪਾਤਸ਼ਾਹ ਕਹਿੰਦੇ ਇਹਨੂੰ ਤਾਂ ਸਰਾਫ ਜੰਮਣ ਲੱਗੇ ਮਿਲਿਆ ਹੋਇਆ ਕੀ ਕਹਿੰਦੀ ਬਾਣੀ ਕਹਿੰਦੇ ਜੰਮੇ ਸਾਈਂ ਵਿਸਰਿਆ ਕਿਰਪਾ ਕਰੋ ਜੰਮੇ ਸਾਈਂ ਵਿਸਰਿਆ ਜਿਸ ਦਿਨ ਪੈਦਾ ਹੋਇਆ ਉਸ ਦਿਨ ਹੀ ਲਿਵ ਟੁੱਟ ਗਈ ਲਿਵ ਛੁੱਟ ਗਈ ਲੱਗੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਆਹ ਦੇਖ ਕੀ ਕਰਦਾ ਹੋਵੇ ਕਹਿੰਦੇ ਜੰਮੇ ਸਾਈਂ ਵਿਸਰਿਆ ਉਹ ਵਿਆਹਿਆ ਮਾਂ ਪਿਓ ਵਿਸਾਰੇ ਵੱਖ ਹੋਆ ਪੁੱਤ ਰੰਗ ਲੈ ਮਾਤਾ ਪਿਤਾ ਕੇ ਉਪਕਾਰ ਵਿਸਾਰੇ ਆ ਦੇਖ ਜਿਹਨੇ ਜਨਮ ਦਿੱਤਾ ਸੀ ਉਹਨੂੰ ਪਾਣੀ ਵੀ ਨਹੀਂ ਪੁੱਛਦਾ ਆਖੋ ਸਤਨਾਮ ਗੱਲਾਂ ਗੁਰੂ ਦੀਆਂ ਕਰਦਾ ਗੱਲਾਂ ਰੱਬ ਦੀਆਂ ਸੁਣਾਉਂਦਾ ਆ ਦੇਖ ਜਿਸਨੇ ਜੀਵਨ ਦਿੱਤਾ ਉਸਨੂੰ ਮੱਥਾ ਟੇਕਿਆ ਕਰ ਸਤਿਗੁਰੂ ਨੂੰ ਮੱਥਾ ਟੇਕੇ ਮਾਂ ਨੂੰ ਮੱਥਾ ਟੇਕਿਆ ਕਰੋ ਜੇ ਅਕਲ ਲੈਣੀ ਤੇ ਆਖੋ ਸਤਨਾਮ ਬਾਬਾ
بادشاہ مکے نو چھڈ کے مدینے جڑا 300 کلو 300 میل سے اوتھے نو چل پے اوتھے بغداد چل پے بغداد کہہ دی پے بادشاہ فقیر بڑا کامل فقیر اس نو پتہ لگا کہ سنگیت بجایا ہے باہر پبلک چ بادشاہ نے بلا لیا کہندے بہت بڑی غلطی کیتی تسی اے تا مومنو مطلب دیتے نہیں ازادت بادشاہ کہندے سنگیت او دی وڈیائی تے نال گایا جائے تے من نو اکاگر کر دندا آکھو سپنا واہگرو اکاگر کر دندا کہندے سائیں فقیر پنج سوال کران گے جے تا جواب دے دیتا تے چھڈ دیاں گے نہیں تے سخت سزا دیاں گے سوال کیتا خدا ہے بھی ہے تو کی کرنا کی نہیں کر سکتا آج تک کی نہیں ہو سکیا اس تو پنج سوال کیتے نے لمبا سوال ہے سما ہو گیا دو منٹ باقی نے سمجھ لو تو باہر نہیں جایا جا سکتا ستگر دی مہما گایا کرو جی سکھ لینا تے وہ دی شرم چریا کر اس من تے سواری کر من ایدی تے سواری کر دا میں سدھا جی پرمان دے کے میں سماپتی کر دا کوئی مہاتما روز سیر کرن جاندے ہوتے سی سڑک تے راستے چ کسے حلوائی دی دکان آندی سی سویرے سویرے تر جاندے سی سیالا دے دن سی یہ جلیبیاں کٹ رہے سی گل سمجھ آ جانی اس من نوں سنت کھڑے ہو گئے جدوں واشنا آئی من چ اچھا ہوئی کہ کچھ شک لئیے جب ہم جیب تے ہاتھ مارے تو پیسے ہے نہیں سی وہ حلوائی دیکھ رہا سی تو حلوائی کہنے لگا بابا جی آ جاؤ پیسے پھر بھی آدھے رہن گے تو چنتا نہ کرو آ جاؤ ہنس کے کہنے لگے بھائی جس نے جلیبیاں کھانیاں سی اس نے سمجھا لیا یہ کہہ دیتا بھی تینوں کل نو شکا دیں گے آخو ستنام تینوں کل نو شکا دیں گے کوئی گل نہیں یہ مان جائے کہے کبیر من مانیا من مانیا تار بابا
ਕੱਲ ਸ਼ਾਮ ਦਾ ਕੀਰਤਨ ਹੈ ਗੁਰਮੁਖਾਂ ਨੂੰ ਬੇਨਤੀ ਕੀਤੀ ਸੀ ਵੀ ਹੁਣ ਗੱਡੀ ਪੁਰਾਣੀ ਹੋ ਗਈ ਹੈ ਮੇਰੇ ਨਾਲ ਦੇ 80 ਸਾਲ ਦੇ ਤੁਸੀਂ ਰਜਾਈਆਂ 'ਚ ਲਪੇਟ ਕੇ ਰੱਖੇ ਆ ਆਖੋ ਸਤਨਾਮ ਵਾਹਿਗੁਰੂ ਇਹ ਬਖਸ਼ਿਸ਼ ਹੈ ਸਤਿਗੁਰੂ ਦੀ ਕੱਲ੍ਹ ਫਿਰ ਸ਼ਾਮ ਨੂੰ ਆਓ ਹੋਈਆਂ ਪੁੱਲਾਂ ਦੀ ਖਿਮਾ ਫਤਿਹ ਸਾਂਝੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ